ਮੁਖ ਪਖਾਰ ਲੈ ਬਾਰ, ਪਾਣੀ ਲੈ ਕੇ ਆਪਣਾ ਮਾੜਾ ਮੋਟਾ ਜਿਹਾ ਮੂੰਹ ਧੋ ਲਿਆ ਹੈ। ਇਹ ਮੁਸਲਮਾਨ ਨਹਾਉਂਦੇ ਤਾਂ ਬਿਲਕੁਲ ਘੱਟ ਹੀ ਹੈ, ਸ਼ਾਇਦ ਨਾ ਹੀ ਹੋਣ, ਗੁਸਲ ਜ਼ਰੂਰ ਕਰ ਲੈਂਦੇ, ਪੰਜ ਇਸ਼ਨਾਨਾਂ ਜਾਂ ਕੂਣੀਆਂ ਤੱਕ ਹੱਥ ਧੋ ਲੈਂਦੇ। ਯਾਨੀ ਇਸੇ ਤਰ੍ਹਾਂ ਗੋਡਿਆਂ ਤੋਂ ਹੇਠਾਂ ਹੇਠਾਂ ਪੈਰ ਜੇ ਧੋ ਲੈਂਦੇ। ਇਹ ਮੁੱਖ ਤੇ ਕੰਨਾਂ ਵਿੱਚ ਮਾੜਾ ਮੋਟਾ ਉਂਗਲਾਂ ਜਿਹੀਆਂ ਉਹਨੂੰ ਗਿੱਲਾ ਜਿਹਾ ਕਰਕੇ ਪਾਣੀ ਕੰਨਾਂ ਵਿੱਚ ਵੀ ਕੰਨ ਜੇ ਵੀ ਧੋ ਲੈਂਦੇ। ਇੰਨੇ ਕੁ ਨੂੰ ਇਹ ਗੁਸਲ ਕਹਿੰਦੇ ਨੇ। ਆਪਾਂ ਜਿਹੜੇ ਸਿੰਘਾਂ ਦਾ ਬੋਲਾ ਵੀ ਪੰਜ ਇਸ਼ਨਾਨ ਨਹੀਂ ਕਰ ਲਓ, ਇਹ ਪੰਜ ਥਾਵਾਂ ਤੇ ਇਸ਼ਨਾਨ ਕਰ ਲੈਣਾ। ਦੋ ਤਾਂ ਹੱਥ ਹੋ ਗਏ ਨਾ, ਇਹ ਧੋ ਲੈਣੇ, ਤੇ ਦੋ ਜਿਹੜੇ ਹੇਠਾਂ ਪੈਰ ਹੈ ਇਹ ਧੋ ਲੈਣੇ ਲੱਤਾਂ ਕ ਤੱਕ, ਇੱਕ ਮੂੰਹ ਧੋ ਲੈਣਾ। ਇਸ ਤਰ੍ਹਾਂ ਇਹ ਪੰਜ ਹੋ ਗਏ, ਪੰਜਾਂ ਨਾਲ ਇਸ਼ਨਾਨ ਕਰਾ ਲੈਣਾ, ਬਾਕੀ ਠੀਕ ਠਾਕ। ਇਸ ਤਰ੍ਹਾਂ ਇਹਨਾਂ ਦੇ ਮਤ ਵਿੱਚ ਹੈ ਵੀ ਉਹ ਮੁੱਖ ਵੀ ਧੋਣਾ, ਨਾਲ ਕੰਨਾਂ ਵਿੱਚ ਵੀ ਮਾੜਾ ਮਾੜਾ ਜਿਹਾ ਉਂਗਲਾਂ ਜਿਹੀਆਂ ਫੇਰ ਕੇ ਤੇ ਉੱਤੇ ਵੀ ਪਾਣੀ ਲਾ ਕੇ ਉਹਨਾਂ ਨੂੰ ਵੀ ਸਾਫ਼ ਕਰਨਾ। ਬਾਕੀ ਕੂਹਣੀਆਂ ਤੱਕ ਹੱਥ ਧੋਣੇ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਸਾਰੇ ਪੈਰ ਜੇ ਧੋਣੇ, ਉਹਨੂੰ ਇਹ ਗੁਸਲ ਕਰਨਾ ਕਹਿੰਦੇ ਹਨ। ਇਸ ਕਰਕੇ ਉਹ ਕਹਿੰਦੇ ਇਸ ਨੇ ਉਹ ਪਾਣੀ ਲੈ ਕੇ ਤੇ ਮੂੰਹ ਜਾ ਧੋ ਲਿਆ ਹੈ।